ਤਾਂ ਦੱਸ ਦੇ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤਾਂ ਕਈ ਸੀਟਾਂ ਤੇ ਕਈ ਉਮੀਦਵਾਰ ਜਿੱਤ ਵੀ ਚੁੱਕੇ ਨੇ, ਪਰ ਗੱਲ ਕਰਾਂਗੇ ਫਰੀਦਕੋਟ ਦੀ ਸੀਟ ਦੀ ਜਿੱਥੇ ਲਗਾਤਾਰ ਲੋਕਾਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਸੀ, ਪਰ ਉੱਥੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਨੇ ਜਿੱਥੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੱਡੀ ਲੀਡ ਲਈ ਗਈ ਹੈ ਤੇ 57,903 ਵੋਟਾਂ ਦੇ ਨਾਲ ਉਹ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਇੱਥੋਂ ਦੀ ਤਸਵੀਰ ਬਿਲਕੁਲ ਸਾਫ਼ ਹੈ। ਪਰ ਗੱਲ ਕਰਾਂਗੇ ਹੰਸ ਰਾਜ ਹੰਸ ਦੀ, ਜੋ ਕਿ ਭਾਜਪਾ ਦੇ ਉਮੀਦਵਾਰ ਸੀ ਤੇ ਫਿਲਹਾਲ 5ਵੇਂ ਨੰਬਰ ਤੇ ਚੱਲ ਰਹੇ ਨੇ ਤੇ ਉਹਨਾਂ ਦੀ ਹਾਰ ਬਿਲਕੁਲ ਪੱਕੀ ਆ। ਤਾਂ ਤੁਹਾਨੂੰ ਦੱਸ ਦਈਏ ਕਿ ਹੰਸ ਰਾਜ ਹੰਸ ਦਾ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਦਾ ਪ੍ਰਭਾਵ ਵੀ ਵੇਖਣ ਨੂੰ ਮਿਲ ਰਿਹਾ। ਤਾਂ ਉਹ ਚੋਣਾਂ ਦੇ ਇਸ ਮੁਕਾਬਲੇ ਦੇ ਵਿੱਚ 5ਵੇਂ ਨੰਬਰ ਤੇ ਚੱਲ ਰਹੇ ਨੇ ਤਾਂ ਬਾਕੀ ਪਾਰਟੀਆਂ ਉਹਨਾਂ ਤੋਂ ਅੱਗੇ ਜਾਂਦੀਆਂ ਹੋਈਆਂ ਨਜ਼ਰ ਆਈਆਂ, ਪਰ ਹੰਸ ਰਾਜ ਹੰਸ ਹਾਲੇ ਵੀ ਪਿੱਛੇ ਚੱਲ ਰਹੇ ਨੇ। ਤਾਂ ਸਰਬਜੀਤ ਸਿੰਘ ਖਾਲਸਾ ਵੱਡੀ ਲੀਡ ਬਣਾ ਕੇ ਅੱਗੇ ਨਿਕਲੇ ਹੋਏ ਨੇ ਤੇ ਦੂਸਰੇ ਨੰਬਰ ਤੇ ਕਰਮਜੀਤ ਅਨਮੋਲੇ, ਪਰ ਇਹਨਾਂ ਦੇ ਵਿੱਚ ਦਾ ਮਾਰਜਨ ਆ ਉਹ ਵੀ ਬਹੁਤ ਵੱਡਾ, ਜੋ ਕਿ ਤੋੜਨਾ ਨਾਮੁਮਕਿਨ ਲੱਗ ਰਿਹਾ। 57,903 ਵੋਟਾਂ ਦੇ ਨਾਲ ਫਿਲਹਾਲ ਸਰਬਜੀਤ ਸਿੰਘ ਖਾਲਸਾ ਅੱਗੇ ਨੇ ਤੇ ਜਿੱਤ ਦੇ ਵੱਲ ਵਧਦੇ ਹੋਏ ਨਜ਼ਰ ਆ ਰਹੇ ਨੇ, ਪਰ ਹੰਸ ਰਾਜ ਹੰਸ ਨੂੰ ਬਹੁਤ ਘੱਟ ਵੋਟਾਂ ਪਈਆਂ ਨੇ। ਤਾਂ 95,000 ਵੋਟ ਹੀ ਪਈ ਹੈ ਪੂਰੇ ਫਰੀਦਕੋਟ ਹਲਕੇ ਦੇ ਵਿੱਚ, ਜਿੰਨੀਆਂ ਵਿਧਾਨ ਸਭਾ ਸੀਟਾਂ ਆਉਂਦੀਆਂ ਨੇ। ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ, ਜਿਸ ਦਾ ਪ੍ਰਭਾਵ ਵੀ ਵੇਖਣ ਨੂੰ ਮਿਲਿਆ ਤੇ ਉਹ 5ਵੇਂ ਨੰਬਰ ਤੇ ਹੀ ਰਹਿ ਗਏ ਨੇ।